ਸਾਡੇ 39 ਨੰਬਰ ਕੰਸਟੀਚੂਐਂਸੀ ਮਕੇਰੀਆਂ ਦੇ ਵਿੱਚ ਕੱਲ੍ਹ ਪੋਲਿੰਗ ਹੋ ਰਹੀ ਆ, ਜਿਸ ਸੰਬੰਧ ਦੇ ਵਿੱਚ ਅਸੀਂ ਅੱਜ ਸਾਰੀਆਂ ਪੈਟਰੋਲਿੰਗ ਪਾਰਟੀਆਂ ਅਤੇ ਜਿਹੜੇ ਪੋਲਿੰਗ ਬੂਥਾਂ 'ਤੇ ਜਿਹਨਾਂ ਨੇ ਇਲੈਕਸ਼ਨ ਕਰਵਾਉਣੀ, ਸਾਡੇ ਮੁਲਾਜ਼ਮ ਅਤੇ ਜਿਹੜਾ ਇਹਨਾਂ ਦਾ ਸਿਵਲ ਸਟਾਫ ਹੈਗਾ ਸਾਰਾ, ਅਤੇ ਅਸੀਂ ਬੂਟਾਂ ਕਰਵਾਉਣ ਲਈ ਸਾਰੇ ਅੱਜ ਭੇਜ ਦੇਣਾ ਸ਼ਾਮ ਤੱਕ, ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਬੂਥਾਂ 'ਤੇ ਪਹੁੰਚਣੇ ਕਰੀਬ ਅਸੀਂ ਕਰੀਬ 700 ਤੋਂ ਕਰੀਬ 800 ਦੇ ਕਰੀਬ ਅਸੀਂ ਵਿੱਚ ਪੈਰਾਮਿਲਟਰੀ IRB ਪੰਜਾਬ ਪੁਲਿਸ ਸਾਰੇ ਤਰ੍ਹਾਂ ਦੀ ਫੋਰਸ ਜਿਹੜੀ ਅਸੀਂ ਡਿਪਲਾਈ ਅੱਜ ਕਰ ਰਹੇ ਹਾਂ ਸਾਰੀ, ਅਤੇ ਫਿਰ ਅਸੀਂ ਪੈਟਰੋਲਿੰਗ ਪਾਰਟੀਆਂ ਰਾਹੀਂ ਵੀ ਸਾਰੀ ਜਗ੍ਹਾ ਕਵਰ ਕਰਾਂਗੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਸਥਾਨਕ ਘਟਨਾ ਕਿਤੇ ਵਾਪਰ ਨਾ ਸਕੇ। ਫਿਰ ਵੀ ਸਾਡੀ ਲੋਕਾਂ ਨੂੰ ਅਪੀਲ ਇਹ ਹੈ ਕਿ ਲੋਕਾਂ ਸ਼ਾਂਤਮਈ ਬੂਟਾਂ ਦਾ ਪ੍ਰਯੋਗ ਬਿਨਾਂ ਡਰ ਭੈ ਦੇ ਕਰ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਕੁਛ ਕ੍ਰਿਟੀਕਲ ਪੀਸ ਹੈ ਉਹਨਾਂ ਦੇ ਉੱਤੇ ਹੀ ਪੈਰਾਮੈਟਰੀ ਫੋਰਸ ਦੀ ਤੈਨਾਤ ਕੀਤੀ ਹੈ ਤਾਂ ਕਿ ਕਿਸੇ ਨੂੰ ਕੋਈ ਵੀ ਡਰ ਨਾ ਹੋਵੇ। ਲੋਕਾਂ ਨੂੰ ਇਹ ਮੈਸੇਜ ਹੈਗਾ ਵੀ ਆਪਣੀ ਜਿਹੜੀ ਵੋਟ ਦਾ ਨਿਰਪੱਖ ਡਰ ਪੈ ਬਿਨਾਂ ਕਿਸੇ ਬੇਝਿਜਕ ਹੋਵੇ ਆਪਣੀ ਵੋਟ ਦਾ ਪ੍ਰਯੋਗ ਕਰਨ, ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਅਸੀਂ ਉਹਨਾਂ ਵਾਸਤੇ ਪ੍ਰਤੀ ਸਕਿਉਰਟੀ ਪ੍ਰਤੀ ਅਸੀਂ ਵਚਨ ਬੰਦ ਹਾਂ। ਇਲੈਕਸ਼ਨ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਡਿਸਪੈਚ ਸੈਂਟਰ 'ਤੇ ਆਏ ਹਾਂ। ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਜਿਹੜੇ ਰਿਟਰਨਿੰਗ ਆਫਿਸਰ ਨੇ SDM ਕਮਲਜੀਤ ਸਿੰਘ ਜੀ, ਉਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਅਸੀਂ ਹੁੰਦਾ ਹੈ। ਸਾਰੀਆਂ ਪੋਲਿੰਗ ਪਾਰਟੀਜ਼ ਨੂੰ ਸਮਾਨ ਮਿਲ ਚੁੱਕਾ ਹੈ ਅਤੇ ਉਹ ਆਪਣੇ ਆਪਣੇ ਬੱਸਿਸ 'ਚ ਬੈਠ ਕੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਆਪਣੇ ਆਪਣੇ ਬੂਥਾਂ 'ਤੇ ਰਿਪੋਰਟ ਕਰ ਰਹੀ ਹੈ। ਕੱਲ੍ਹ 20 ਫਰਵਰੀ ਨੂੰ 251 ਮੁਕੇਰੀਆਂ ਦੇ ਅਤੇ ਟੋਟਲ ਹੁਸ਼ਿਆਰਪੁਰ ਜ਼ਿਲ੍ਹੇ ਦੇ 1563 ਬੂਥ 'ਤੇ ਵੋਟਾਂ ਪੈਣ ਜਾ ਰਹੀਆਂ ਨੇ ਅਤੇ ਮੈਂ ਅਪੀਲ ਕਰੂੰਗੀ ਸਾਰੇ ਹੁਸ਼ਿਆਰਪੁਰ ਦੇ ਸੂਚਨਾ ਵੋਟਰਾਂ ਨੂੰ ਕਿ ਉਹ ਕੱਲ੍ਹ ਆਪਣੇ ਵੋਟ ਦਾ ਅਧਿਕਾਰ ਆਉਣ ਜਾਣਾ ਇੱਥੇ ਜਿਹੜਾ ਉੱਥੋਂ ਦਾ ਕੀ ਕਹਿੰਦੇ ਅਰੇਂਜਮੈਂਟ ਆ ਅਤੇ ਨਾਲ ਹੀ ਕੁਰਸੀਆਂ ਹੁੰਦੀਆਂ ਜਿੰਨੀਆਂ ਟੇਬਲ ਚੱਲਣੀਆਂ ਅਤੇ ਉਹ ਜਿਹੜਾ ਕੀ ਕਹਿੰਦੇ ਸਰਕਾਰ ਵੱਲੋਂ ਸੱਚ ਕੀ ਕਹਿੰਦੇ ਆਪਣੇ ਇਲੈਕਸ਼ਨ ਕਮਿਸ਼ਨ ਵੱਲੋਂ ਹੋਇਆ ਅਤੇ ਜਾਂ ਪਿੰਡ ਦੇ ਸਰਪੰਚ ਸਾਰੇ ਸਾਰੇ ਜਿਹੜੇ ਬੂਥਾਂ ਦੇ ਉੱਤੇ ਪੋਲਿੰਗ ਪਾਰਟੀਆਂ ਦੇ ਰਹਿਣ ਦਾ ਖਾਣ ਪੀਣ ਦਾ ਇੰਤਜ਼ਾਮ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਨੁਸਾਰ ਸਾਰੇ ਪੋਲਿੰਗ ਅਫਸਰਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਕਿਸੇ ਕਿਸਮ ਦੀ ਕਿਸੇ ਪੋਲਿੰਗ ਪਾਰਟੀ ਨੂੰ ਦਿੱਕਤ ਨਹੀਂ ਆਏਗੀ। ਉੱਥੇ ਪੁਲਿਸ ਪਾਰਟੀ ਪੈਰਾਮਿਲਟਰੀ ਫੋਰਸ ਸਾਰਿਆਂ ਦੇ ਲੈਕਚਰ ਦਾ ਇੰਤਜ਼ਾਮ ਕੀਤਾ ਜਾਵੇ। ਕੋਵਿਡ ਦੀਆਂ ਹਦਾਇਤਾਂ ਲੈ ਕੇ ਤੇ ਮਾਸਕ ਕੋਵਿਡ ਨੂੰ ਦੇਖਦੇ ਹੋਏ ਸਾਰੇ ਪੋਲਿੰਗ ਬੂਥਾਂ ਦੇ ਉੱਤੇ ਮਾਸਕ, ਸੈਨੀਟਾਈਜ਼ਰ, ਥਰਮਲ ਸਕੈਨਰਸ ਇਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਜਿਹੜਾ ਵੀ ਵੋਟਰ ਆਏਗਾ ਉਹਨੂੰ ਇੱਕ ਗਲਵ ਦਿੱਤਾ ਜਾਏਗਾ, ਉਹ ਗਲਵ ਪਾ ਕੇ ਹੀ ਉਹ ਵੋਟਿੰਗ ਕਰੇਗਾ ਅਤੇ ਉਸ ਤੋਂ ਬਾਅਦ ਉਹ ਡਿਸਪੋਜ਼ ਆਫ। ਹਾਂਜੀ, ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਲੋਕ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਸਾਰੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ, ਸੋਚ ਕੇ ਸਮਝਦਾਰੀ ਨਾਲ ਕਰਨ, ਕਿਸੇ ਦੇ ਪ੍ਰਭਾਵ ਨਾਲ। ਥੈਂਕ ਯੂ ਵੈਰੀ ਮਚ।